ਸੋਚਦੇ ਨੇ, ਆਪਣੇ ਨੂੰ ਕਿਸੇ ਨਤੀਜੇ ਤੇ ਵੀ ਪਹੁੰਚਦੇ ਨੇ। ਇੱਕ ਹੱਥ ਹੈ ਇਹਨਾਂ ਕੰਮ ਕਾਰੋਬਾਰ ਕੋਈ ਵੱਡਾ ਖੋਲ ਕੇ ਨਾ, ਆਹ ਗੱਡੀਆਂ ਦਾ ਆਂਡਾ ਖੋਲ ਕੇ ਨਾ, ਕੰਮ ਕਾਰੋਬਾਰ ਕੋਈ ਵੱਡਾ ਖੋਲ ਕੇ ਨਾ, ਤੇ ਆਹ ਗੱਡੀਆਂ ਦਾ ਆਂਡਾ ਖੋਲ ਕੇ ਨਾ, ਤੇ ਨਾ ਕੋਈ ਪਾਈਪ ਤੇ ਨਾ ਕੋਈ ਤਰੋਟੀ, ਮਹੀਨੇ ਬਾਅਦ ਕਿਹੜ ਕੇ ਰੱਖਿਆ ਦਾ ਰੋਟੀ। ਗੱਲ ਤੇ ਆਪਣੇ ਨਾਲੋਂ ਠੀਕ ਤੁਰ ਕੀਤੀ ਹੈ, ਠੀਕ ਵੀ ਬੱਟੇ ਉੱਤੇ ਲੀਕ ਤੁਰ ਕੀਤੀ ਹੈ, ਪਰ ਅੱਡਿਆਂ ਦੇ ਕਮਾਂ ਪੇ ਰੋਲੇ ਪਵਾਉਂਦੇ ਨੀ, ਗੱਡੀਆਂ ਦੇ ਹਰ ਪਾਸੋਂ ਤੌਲੇ ਪਵਾਉਂਦੇ ਨੀ, ਤੇ ਅੱਡਿਆਂ ਦੇ ਕਮਾਂ ਪੇ ਲਾਂਝੀ ਲਾਂਝੇ ਨੀ, ਹੀਰਾ ਇੱਥੇ ਘੱਟ ਮੇਰੇ ਰਾਂਝੇ ਰਾਂਝੇ, ਤੇ ਫਾਇਦਾ ਇਹਨਾਂ ਨੋਟਾਂ ਦਾ ਕੱਖ ਵੀ ਨਾ ਸੀ, ਤੇ ਆਦਤਾਂ ਵਧਾਏ ਪਾਉਣ ਤੇ ਨਾ ਕੀ ਨਾ ਸੀ। ਫਿਰ ਕੀ ਕਰਾਂ ਯਾਰ, ਮੇਰੀ ਗੱਲ ਮੰਨ ਤੇ ਦੁਕਾਨ ਪਾ ਕੇ ਲਾਓ, ਭਲਾ ਖੁਲਾਉਣ ਕੇ ਸਮਾਨ ਪਾ ਕੇ ਲਾਓ, ਤੇ ਮੇਰੀ ਗੱਲ ਮੰਨ ਤੇ ਦੁਕਾਨ ਪਾ ਕੇ ਲਾਓ। ਹਰ ਸ਼ਾਇਦ ਸਾਡੀ ਪਈ ਨਫ਼ੇ ਨਾ ਟਿਕ ਸੀ, ਤਾਂ ਕਿ ਜਾਗ ਤੇ ਸਹਿਮ ਸਾਡਾ ਟਿਕ ਸੀ। ਅੱਜ ਗੱਲ ਤੇ ਆਪੇ ਵੱਲੋਂ ਠੀਕ ਪਿਆ ਕਰਨਾ, ਅੱਜ ਤੇ ਬੱਟੇ ਉੱਤੇ ਲੀਕ ਪਿਆ ਕਰਨਾ, ਹਰ ਗਣਾ ਆਣ ਕੇ ਉਧਾਰ ਪਿਆ ਖੜ ਸੀ, ਦੱਸ ਕੇ ਅਗਲਾ ਉਧਾਰ ਪਿਆ ਖੜ ਸੀ। ਹਰ ਸ਼ਹਿਰ ਲੋਕਾਂ ਦੇ ਘਰ ਚੜੀ ਜੁੜ ਸੀ, ਮੂੜੀ ਸਾਰੀ ਅਸਾਂ ਦੀ ਉਧਾਰ ਚੜੀ ਜੁੜ ਸੀ, ਔਰ ਦੇਣੇ ਫਜ਼ੂਲ ਤੇ ਕਿੰਨੇ, ਦੇਣੇ ਫਜ਼ੂਲ ਤੇ ਕਿੰਨੇ, ਇੱਕ ਮੁੱਤ ਘਰ ਕੋਈ ਆਉਣ ਤੇ ਵੀ ਐਡੀ ਕਦੋਂ ਦੀ ਸਮਤ ਹੈ। ਥੋੜੇ ਥੋੜੇ ਪੈਸੇ ਪਾ ਕੇ ਗੱਡੀ ਚਾਹ ਕੇ ਲਿਆ, ਇਹਨੋ ਤਾਂ ਟੈਲਾਂ ਵਾਲੀ ਗੱਡੀ ਚਾਹ ਕੇ ਆਉਂਦੇ, ਨਾ ਕੋਈ ਭਾਜੀ ਤੇ ਨਾ ਕੋਈ ਤਰੋਟੀ, ਮਹੀਨੇ ਬਾਅਦ ਕਿਹੜੇ ਕਿਹੜੇ ਲੱਖੇ ਵਾਲਾ ਨੋਟ। ਉਹ ਆਖਦਾ ਇਹ ਥੋੜੇ ਥੋੜੇ ਪੈਸੇ ਪਾ ਕੇ ਕੀ ਨਵੀਂ ਮਿਲਦੀ, ਖਰਚੇ ਬਗੈਰ ਕਦੇ ਸੀ ਨਵੀਂ ਮਿਲਦੀ, ਤੇ ਭਗਤੀ ਦੁਪਹਿਰੀ ਜਦੋਂ ਟੈਰ ਫਟ ਜਾਂਦਾ ਹੈ, ਨਾਲ ਦਾ ਭਰਾ ਵੀ ਭਰਾ ਹਟ ਜਾਂਦਾ ਹੈ, ਐਂ ਸ਼ਿਰਕਾਂ ਦੀ ਖਲ ਕੇ ਕੂਕਾ ਪੈ ਮਾਰਸਾ, ਕੂਕੀ ਜਿਹੀ ਖਲ ਕੇ ਕੂਕਾ ਪੈ ਮਾਰਸਾ। ਇੱਕ ਗੱਲ ਹੋਰ ਮੇਰੇ ਸਹਿਣੇ ਚਾਹੀਦਾ, ਇਹ ਹੋਟਲੇ ਦੇ ਕਮੇ ਮੈਂ ਬੜੀ ਕਮਾਈ ਆ, ਹੋਟਲ ਵਿੱਚ ਸਾਡਾ ਕਿ ਰਸ਼ਾ ਨਹੀਂ ਚਾਹੀਦਾ, ਫਿਰ ਤੁਹਾਡਾ ਦੱਸਾਂ ਕਿੰਨੀ ਹੋਤੀ ਕਮਾਈ, ਉਹ ਹੋਟਲਾਂ ਤੋਂ ਲੋਕਾਂ ਨੇ ਮਾੜੀਆਂ ਬਣਾਈਆਂ ਨੇ, ਸਾਡੀ ਤੇ ਵਿਹੜਿਆਂ ਨੇ ਤਾੜੀਆਂ ਵਜਾਈਆਂ ਨੇ। ਗੱਲ ਤੇ ਆਪੇ ਤੋਂ ਠੀਕ ਤੋਂ ਕੀਤੀ ਹੈ, ਹੋਟਲੇ ਦਾ ਕੰਮ ਮੇਰੀ ਮਰਜ਼ੀ ਦੀ ਪੀਟੀ ਹੈ, ਇੱਕੀ ਪਾਸੇ ਹੱਸਾਂ ਜਾਂ ਦੂਜੇ ਪਾਸੇ ਹੱਸਾਂ, ਨੂਰ ਪੀਰ ਵੇਲੇ ਅਸੀਂ ਭਾਂਡੇ ਪੈ ਧੋਸਾਂ, ਚੁੱਲ੍ਹੇ ਪੈ ਬਾਲਣੇ, ਤੰਦੂਰ ਪੈ ਬਾਲਣੇ, ਸਾਡਾ ਕੋਲ ਉੱਠ ਕੇ ਪਕਾਸੀ ਪੈ ਸਾਲਣੇ, ਸਾਖਾ ਕੋਈ ਨਾ ਕੋਈ ਕੰਮ ਤੇ ਅਸਾਂ ਕਰਨਾ ਪੈ ਸੀ, ਸਾਰੀਆਂ ਤੇਰੀਆਂ ਮੰਨੀਆਂ ਤੇ ਭੁੱਖਾਂ ਮਰਨਾ ਪੈ ਸੀ।